ਸਤਿਕਾਰ ਪੀਸੀ ਨਿਊਜ਼ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਫੇਸਬੁੱਕ ਲਾਈਵ ਤੁਸੀਂ ਇਸ ਵੇਲੇ ਦੇਖ ਰਹੇ ਹੋ ਤੇ ਅੱਜ ਫਿਰ ਇੱਕ ਵਾਰ ਪੰਜਾਬ ਦੀਆਂ ਨਿਗਾਹ ਜਿਹੜੀਆਂ ਹੈਗੀਆਂ ਚੰਡੀਗੜ੍ਹ ਦੇ ਪੰਜਾਬ ਭਵਨ ਦੇ ਉੱਤੇ ਜਿਹੜੀਆਂ ਹੈਗੀਆਂ ਨੇ ਟਿਕੀਆਂ ਹੋਈਆਂ ਉਹਨਾਂ ਦਾ ਅੱਜ ਦੇਖਣਾ ਹੋਏਗਾ ਕਿ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀ ਫੈਸਲਾ ਲਿਆ ਜਾਂਦਾ ਹੈ ਕਿਸਾਨ ਜਥੇਬੰਦੀਆਂ ਦਾ ਜਿਹੜੇ ਕਦਮ ਹੈਗੇ ਨੇ ਉਹ ਦਿੱਲੀ ਵੱਲ ਵੱਧਦੇ ਨੇ ਜਾਂ ਫਿਰ ਉਹ ਇੱਕ ਵਾਰ ਇੱਥੇ ਕੇਂਦਰ ਸਰਕਾਰ ਦੇ ਫੈਸਲੇ ਦੀ ਉਡੀਕ ਕਰਦੇ ਨੇ ਯਾਨੀ ਕਿ ਤੁਸੀਂ ਸਮਝ ਗਏ ਹੋਣੇ ਆ ਕਿ ਅਸੀਂ ਗੱਲ ਕਰ ਰਹੇ ਹਾਂ ਅੱਜ ਜਿਹੜੀ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈਗੀ ਹੈ ਉਹ ਚੱਲ ਰਹੀ ਹੈ ਜਾਰੀ ਹੈਗੀ ਹੈ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਆਪਸ ਦੇ ਵਿੱਚ ਤਾਂ ਹੈ ਹੀ ਹੈ ਉਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਵੀ ਇਹ ਜਿਹੜੀ ਮੀਟਿੰਗ ਜਾਰੀ ਹੈਗੀ ਹੈ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਆਈ ਹੈਗੀ ਹੈ ਕਿ ਜਿਹੜੀ ਇਹ ਮੀਟਿੰਗ ਦੇ ਵਿੱਚ ਉਹਨਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ ਤੁਸੀਂ ਜਿਹੜੀ ਯਾਤਰੀ ਟ੍ਰੇਨਾਂ ਹੈ ਉਹਨਾਂ ਨੂੰ ਸ਼ੁਰੂ ਹੋਣ ਦਿਓ ਯਾਨੀ ਕਿ ਜਿਹੜੀ ਯਾਤਰੀ ਟ੍ਰੇਨਾਂ ਹੈ ਉਹਨਾਂ ਨੂੰ ਜਾਣ ਦੀ ਜਿਹੜੀ ਇਜਾਜ਼ਤ ਦਿੱਤੀ ਜਾਵੇ ਇਹਨਾਂ ਤਮਾਮ ਅਸੀਂ ਗੱਲਾਂ 'ਤੇ ਚਰਚਾ ਕਰਾਂਗੇ ਮੇਰੇ ਨਾਲ ਨਿਊਜ਼ ਰੂਮ ਤੋਂ ਜੁੜੇ ਹੋਏ ਨੇ ਮੇਰੇ ਸਹਿਯੋਗੀ ਰਮਨਦੀਪ ਰਮਨਦੀਪ ਕੀ ਜਿਹੜੀ ਤਸਵੀਰ ਪੇਸ਼ ਹੋ ਰਹੀ ਹੈ ਅੱਜ ਤਸਵੀਰ ਸਾਫ਼ ਹੈ ਕਿ ਪੰਜਾਬ ਸਰਕਾਰ ਵੀ ਹੁਣ ਕੇਂਦਰ ਵਾਲੇ ਰਸਤੇ ਚੱਲ ਪਈ ਹੈ ਪਹਿਲਾਂ ਕੇਂਦਰ ਸਰਕਾਰ ਕਹਿੰਦੀ ਰਹੀ ਹੈ ਕਿ ਤੁਸੀਂ ਯਾਤਰੂ ਟ੍ਰੇਨਾਂ ਸ਼ੁਰੂ ਕਰਵਾਓ ਤੁਸੀਂ ਰੇਲ ਟਰੈਕਾਂ ਤੋਂ ਹਟ ਜਾਓ ਕਿਸਾਨਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਅਸੀਂ ਰੇਲਵੇ ਟਰੈਕ ਖਾਲੀ ਕਰ ਦਿੱਤੇ ਨੇ ਤੁਸੀਂ ਮਾਲ ਗੱਡੀਆਂ ਚਲਾਓ ਕਿਉਂਕਿ ਪੰਜਾਬ ਵਿੱਚ ਹੁਣ ਖਾਦ ਦੀ ਕਮੀ ਆ ਸਕਦੀ ਆ ਪੰਜਾਬ ਨੂੰ ਲੈ ਕੇ ਹੁਣ ਕੋਲੇ ਦੀ ਇੱਕ ਵੱਡੀ ਸਮੱਸਿਆ ਸਾਹਮਣੇ ਹੋ ਸਕਦੀ ਆ ਹੁਣ ਪੰਜਾਬ ਸਰਕਾਰ ਦੇ ਮੰਤਰੀਆਂ ਵੱਲੋਂ ਆ ਕੇ ਤਿੰਨ ਮੰਤਰੀ ਸੁਖਜਿੰਦਰ ਰੰਧਾਵਾ ਦੇ ਅਗਵਾਈ ਹੇਠ ਆਏ ਤਾਂ ਉਹਨਾਂ ਨੇ ਵੀ ਇਹੀ ਰਾਗ ਲਾਪਿਆ ਕਿ ਹੁਣ ਤੁਸੀਂ ਸਾਨੂੰ ਯਾਤਰੂ ਟ੍ਰੇਨਾਂ ਸ਼ੁਰੂ ਕਰਨ ਦਿਓ ਮਤਲਬ ਕੀ ਆ ਸਾਫ਼ ਸੰਕੇਤ ਕੀ ਆ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ 'ਤੇ ਇਸ ਨੂੰ ਲੈ ਕੇ ਕੋਈ ਦਬਾਅ ਹੈਗਾ ਜਾਂ ਫਿਰ ਕੇਂਦਰ ਸਰਕਾਰ ਉਹ ਪੰਜਾਬ ਸਰਕਾਰ ਆਪਸੀ ਜਿਹੜੀ ਹੈਗੀ ਆ ਮਿਲੀ ਭੁਗਤ ਦੇ ਨਾਲ ਕਿਸਾਨਾਂ ਦਾ ਅੰਦੋਲਨ ਤਾਰੋ ਪੀੜ ਕਰਨ ਦੀ ਕੋਸ਼ਿਸ਼ ਵਿੱਚ ਹੈਗੀ ਆ ਕਿਉਂਕਿ ਕਿਸਾਨ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਤੁਸੀਂ ਮਾਲ ਗੱਡੀਆਂ ਚਲਾ ਲਓ ਅਸੀਂ ਤੁਹਾਡੇ ਰੇਲਵੇ ਟਰੈਕ 'ਤੇ ਨਹੀਂ ਬੈਠਾਂਗੇ ਨਹੀਂ ਬੈਠੇ ਖਾਲੀ ਕਰ ਦਿੱਤੇ ਨੇ ਰੇਲਵੇ ਸਟੇਸ਼ਨਾਂ ਤੋਂ ਬਾਹਰ ਆ ਗਏ ਹਾਂ ਪਹਿਲਾਂ ਤਾਂ ਪਹਿਲੂ ਇਹ ਰਹਿ ਗਿਆ ਹੁਣ ਦੂਸਰਾ ਪਹਿਲੂ ਇਹ ਹੈਗਾ ਕਿ 26-27 ਦਾ ਜਿਹੜਾ ਕੌਲ ਸੀਗੀ ਚੱਲੋ ਦਿੱਲੀ ਚੱਲੋ ਦਾ ਜਿਹੜਾ ਕਿਸਾਨਾਂ ਨੇ ਕੌਲ ਦਿੱਤੀ ਆ ਉਹ ਕੀ ਹੋਵੇਗਾ ਉਹਦਾ ਸਨੈਰੀਓ ਕੀ ਨਿਕਲ ਕੇ ਆਵੇਗਾ ਕਿਸਾਨ ਜੋ ਸਾਡੇ ਪੱਤਰਕਾਰ ਉੱਥੇ ਪੀਟੀਸੀ ਨਿਊਜ਼ ਦੇ ਤਰੋਚਨ ਜੀ ਨੇ ਲਗਾਤਾਰ ਸਾਡੇ ਉਹਨਾਂ ਨਾਲ ਸੰਪਰਕ ਹੋ ਰਿਹਾ ਉਹ ਕਹਿ ਰਹੇ ਨੇ ਕਿ ਉਹਨਾਂ ਨੇ ਕੁਛ ਕਿਸਾਨਾਂ ਆਗੂਆਂ ਨਾਲ ਗੱਲ ਕੀਤੀ ਆ ਉਹਨਾਂ ਨੇ ਕਿਹਾ ਕਿ ਹਾਲਾਂਕਿ ਫੈਸਲਾ ਤਾਂ ਸਰਬਸੰਮਤੀ ਨਾਲ ਤਮਾਮ 30 ਜਥੇਬੰਦੀਆਂ ਨੇ ਲੈਣਾ ਪਰ ਵੱਡੀ ਗੱਲ ਕਿ ਅਸੀਂ 26-27 ਦਾ ਜਿਹੜਾ ਅੰਦੋਲਨ ਹੈਗਾ ਜਿਹੜਾ ਅਸੀਂ ਮਾਰਚ ਕਰਨ ਦਿੱਲੀ ਉਹ ਕੈਂਸਲ ਨਹੀਂ ਕਰਨ ਵਾਲੇ ਉਹ ਮੁਅੱਤਲ ਨਹੀਂ ਹੋਵੇਗਾ ਅਸੀਂ ਇੱਕ ਵਾਰੀ ਦਿੱਲੀ ਦੀ ਸਰਕਾਰ ਨੂੰ ਉਹਨਾਂ ਦੇ ਘਰ ਵਿੱਚ ਜਗਾ ਕੇ ਦਖਲ ਦੇ ਕੇ ਜਗਾਵਾਂਗੇ ਕਿ ਪੰਜਾਬ ਦਾ ਕਿਸਾਨ ਅਡੋਲ ਆ ਪੰਜਾਬ ਦਾ ਕਿਸਾਨ ਸੰਘਰਸ਼ 'ਚੋਂ ਨਿਕਲਿਆ ਹੋਇਆ ਉਹ ਸੰਘਰਸ਼ ਨੂੰ ਪਤਾ ਕਿ ਸੰਘਰਸ਼ ਨੂੰ ਕਿਵੇਂ ਅੱਗੇ ਕਰਨਾ ਹੈ ਸੰਘਰਸ਼ 'ਚੋਂ ਕਿਵੇਂ ਜਿੱਤ ਪ੍ਰਾਪਤ ਕਰਨੀ ਹੈ ਕਿ ਜੇਕਰ ਕੇਂਦਰ ਸਰਕਾਰ ਇਹ ਸਮਝਦੀ ਹੈ ਕਿ ਪੰਜਾਬ ਦੇ ਕਿਸਾਨ ਨੂੰ ਮੀਟਿੰਗਾਂ ਦੇ ਬਹਾਨੇ ਲੇਟ ਕੀਤਾ ਜਾਵੇ ਕਿਸੇ ਨਤੀਜੇ 'ਤੇ ਪਹੁੰਚਣ ਤੋਂ ਅੰਦੋਲਨ ਨੂੰ ਇੰਨਾ ਲੇਟ ਕਰ ਦਿਉ ਸੰਘਰਸ਼ ਨੂੰ ਕਿ ਸੰਘਰਸ਼ ਆਪਣੇ ਤਾਰੋ ਪੀੜ ਹੋਣ ਲੱਗ ਜੇ ਸੰਘਰਸ਼ ਵਿੱਚੋਂ ਬਗਾਵਤੀ ਆਵਾਜ਼ਾਂ ਖੜੀਆਂ ਹੋਣ ਲੱਗ ਜਾਣ ਤਾਂ ਕਿਸਾਨ ਕਿਤੇ ਨਾ ਕਿਤੇ ਚਿੰਤਾ ਕਿਸਾਨਾਂ ਵਾਸਤੇ ਵੀ ਹੈਗੀ ਹੈ ਗੱਲ ਪਰ ਕਿਸਾਨ ਅੱਜ ਦੀ ਘੜੀ ਵਿੱਚ ਇਕਜੁੱਟ ਨੇ ਔਰ ਹਰ ਹਾਲਤ ਦੇ ਵਿੱਚ ਜਿੱਤ ਪਾਉਣ ਦੀ ਉਹਨਾਂ ਦੀ ਕੋਸ਼ਿਸ਼ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਲਗਾਤਾਰ ਮੀਟਿੰਗਾਂ ਕੇਂਦਰ ਸਰਕਾਰ ਨਾਲ ਸੰਪਰਕ ਵਿੱਚ ਵੀ ਨੇ ਜਿਵੇਂ ਸਰਜੀਤ ਜੈਨੀ ਦੀ ਉਹਨਾਂ ਨੇ ਇੱਕ ਉਹਨਾਂ ਦੇ ਸੀਨੀਅਰ ਲੀਡਰ ਨੂੰ ਉਹਦੀ ਡਿਊਟੀ ਲਗਾਈ ਹੈ ਕਿਸਾਨ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਪਹਿਲਾਂ ਵੀ ਡਿਨਾਈ ਨਹੀਂ ਕਰਦੇ ਹੁਣ ਵੀ ਡਿਨਾਈ ਨਹੀਂ ਕਰਨਗੇ ਅੱਗੇ ਵੀ ਉਹਨਾਂ ਦੀ ਡਿਨਾਈ ਨਹੀਂ ਹੋਊਗੀ ਪਰ ਰੌਲਾ ਕਿੱਥੇ ਹੁਣ ਰੌਲਾ ਹੈ ਕਿ ਜਿਹੜਾ ਪੇਜ ਫਸਿਆ ਹੋਇਆ ਹੁਣ ਜਿੱਦ ਕਿੱਥੇ ਹੈ ਜਿੱਦ ਹੈਗੀ ਕੇਂਦਰ ਸਰਕਾਰ ਵੱਲੋਂ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣ ਵਾਲੇ ਤੁਸੀਂ ਅਮੈਂਡਮੈਂਟ ਕਰਾ ਲਓ ਪਹਿਲਾਂ ਵੀ ਇਹ ਗੱਲ ਹੁੰਦੀ ਰਹੀ ਆ ਪੰਜਾਬ ਦਾ ਕਿਸਾਨ ਕਹਿੰਦਾ ਕਿ ਸਾਨੂੰ MSP ਦਾ ਲਿਖਤ ਭਰੋਸਾ ਦਿਓ ਸਰਕਾਰੀ ਖਰੀਦ ਦਾ ਲਿਖਤ ਭਰੋਸਾ ਦਿਓ ਜਿਹੜੇ ਆਉਣ ਵਾਲੇ ਬਿਜਲੀ ਬਿੱਲ ਤੁਸੀਂ 2020 ਲੈ ਕੇ ਆਏ ਆ ਉਹਨੂੰ ਵਾਪਸ ਲਓ ਇਹ ਤਿੰਨ ਗੱਲਾਂ ਨੂੰ ਹੈਗੀਆਂ ਇਹ ਕਹਿੰਦੇ ਉਹਨਾਂ ਆਰਡੀਨੈਂਸ ਦੇ ਬਦਲੇ ਇੱਕ ਆਰਡੀਨੈਂਸ ਹੋਰ ਲਿਆਂਦਾ ਜਾਵੇ ਜਿਸ ਦੇ ਵਿੱਚ ਇਹ ਪੂਰੀਆਂ ਗੱਲਾਂ ਇਹ ਕਲੀਅਰ ਹੋਣ ਕਿ ਕਿਸਾਨਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਵੇਗਾ ਯਾਨੀ ਕਿ ਜਿਹੜਾ ਇਹ 26-27 ਨੂੰ ਹੈਗਾ ਉਹਨਾਂ ਦਾ ਸੰਘਰਸ਼ ਹੋਰ ਤੇਜ਼ ਹੋਣ ਵਾਲਾ ਹੈਗਾ ਤੇ ਉਹ ਦਿੱਲੀ ਵੱਲ ਨੂੰ ਕੂਚ ਕਰਨ ਵਾਲੇ ਨੇ ਹਾਂ ਇਹ ਕਲੀਅਰ ਗੱਲ ਹੈਗੀ ਹੁਣ ਜਿਹੜਾ ਪੰਜਾਬ ਦਾ ਅੰਦੋਲਨ ਕਿਸਾਨਾਂ ਅੰਦੋਲਨ ਆ ਹੁਣ ਰੇਲ ਪਟੜੀਆਂ 'ਤੇ ਪੰਜਾਬ ਦੀ ਬਜਾਏ ਦਿੱਲੀ ਹੋਵੇਗਾ ਹੁਣ ਇੱਕ ਤਾਲਮੇਲ ਕਿਸਾਨ ਜਥੇਬੰਦੀਆਂ ਦੀ ਕੋਸ਼ਿਸ਼ ਇਹ ਵੀ ਹੋਏਗੀ ਕਿ ਇਹ ਸਿਰਫ ਪੰਜਾਬ 'ਚੋਂ ਹੀ ਮੈਸੇਜ ਨਾ ਜਾਵੇ ਕਿ ਖੇਤੀ ਕਾਨੂੰਨ ਜਿਹੜੇ ਹੈਗੇ ਨੇ ਕਿਸਾਨਾਂ ਦੇ ਉਲਟ ਨੇ ਅੰਨਦਾਤੇ ਦੇ ਖਿਲਾਫ਼ ਨੇ ਕੋਸ਼ਿਸ਼ ਇਹ ਰਹੇਗੀ ਕਿ ਪੰਜਾਬ ਦੇਸ਼ ਦੀਆਂ ਜਿੰਨੀਆਂ ਵੀ ਤਮਾਮ ਜਥੇਬੰਦੀਆਂ ਹੈਗੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਸੰਯੋਗ ਲਿਆ ਜਾਵੇ ਉਹਨਾਂ ਨਾਲ ਰਲ ਮਿਲ ਕੇ ਦਿੱਲੀ ਦੇ ਵਿੱਚ ਪ੍ਰਭਾਵਸ਼ਾਲੀ ਸੰਕੇਤਕ ਧਰਨਾ ਦਿੱਤਾ ਜਾਵੇ ਕਿਉਂਕਿ ਧਰਨਾ 1-2 ਦਿਨ ਦੀ ਮਾਰਚ ਨਾਲ ਗੱਲਬਾਤ ਨਹੀਂ ਬਣਨ ਵਾਲੀ ਕਿਸਾਨ ਜਥੇਬੰਦੀਆਂ ਨੂੰ ਚੰਗੀ ਤਰ੍ਹਾਂ ਪਤਾ ਹੈਗਾ ਇਹ ਕਿਸਾਨ ਜਥੇ 26-27 ਤੋਂ ਬਾਅਦ ਜਿਹੜਾ ਉਹਦਾ ਸੰਕੇਤਕ ਪ੍ਰਭਾਵ ਜਾਣਾ ਜਿਹੜਾ ਦਿੱਲੀ ਸਰਕਾਰ ਨੂੰ ਮੈਸੇਜ ਆਣਾ ਉਹ ਕੀ ਜਾਵੇਗਾ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਇਹ ਨਹੀਂ ਕਿ ਤੁਸੀਂ 10 ਬੰਦੇ ਗਏ 100 ਬੰਦਾ ਗਏ 1000 ਬੰਦਾ ਇਕੱਠ ਦਿਖਾਤਾ ਉਸ ਨਾਲ ਕੋਈ ਫਾਇਦਾ ਨਹੀਂ ਪਾਓ ਤੁਸੀਂ ਉੱਥੇ 1 ਲੱਖ ਬੰਦਾ ਇਕੱਠਾ ਕਰ ਦਿਓ ਉਹਦੇ ਸੰਕੇਤਕ ਧਰਨਾ ਇਹ ਹੋਊਗਾ ਕਿ ਦਿੱਲੀ ਸਰਕਾਰ ਨੂੰ ਆਪਦੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਵੇ
ਦਿੱਲੀ ਸਰਕਾਰ ਇਹਨਾਂ ਨੂੰ ਸੱਦਾ ਦੇਵੇ ਕਿਸਾਨਾਂ ਨੂੰ ਕਿ ਆਓ ਅਸੀਂ ਟੇਬਲ ਟੋਕ ਕਰਨ ਲਈ ਤੁਹਾਡੇ ਨਾਲ ਤਿਆਰ ਹਾਂ, ਤੁਹਾਡੇ ਖਦਸ਼ੇ ਦੂਰ ਕਰਾਂਗੇ, ਜੇਕਰ ਸਾਨੂੰ ਇੱਕ ਕਾਨੂੰਨ ਹੋਰ ਲਿਆਉਣਾ ਪਿਆ ਇਸਦੇ ਬਦਲੇ ਇਵਜ ਵਿੱਚ ਤਾਂ ਅਸੀਂ ਲੈ ਕੇ ਆਵਾਂਗੇ। ਇੱਥੇ ਗੱਲ ਬਣਨ ਵਾਲੀ ਆ, ਕਿਸਾਨ ਜਥੇਬੰਦੀਆਂ ਵੀ ਇਹੀ ਪ੍ਰਭਾਵ ਦੇਣ ਦੀ ਕੋਸ਼ਿਸ਼ ਵਿੱਚ ਆ ਕਿ ਅਸੀਂ ਨਹੀਂ ਪੂਰੇ ਦੇਸ਼ ਦੀਆਂ ਕਿਸਾਨ ਬੰਦੀਆਂ, ਪੂਰੇ ਦੇਸ਼ ਦਾ ਅੰਨਦਾਤਾ ਇਹਨਾਂ ਤੁਹਾਡੇ ਕਾਨੂੰਨਾਂ ਦੇ ਖਿਲਾਫ਼ ਆ, ਤੁਸੀਂ ਇਹਨੂੰ ਵਾਪਸ ਲਓ, ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਹਾਂ। ਜਿਹੜਾ ਸੰਭਾਵੀ ਬਿਜਲੀ ਬਿੱਲ 2020 ਤੁਸੀਂ ਹੁਣ ਤਾਂ ਸਰਦ ਰੁੱਤ ਦਾ ਜਿਹੜਾ ਇਜਲਾਸ ਕੈਂਸਲ ਹੋ ਗਿਆ, ਉਸ ਦੇ ਵਿੱਚ ਲਿਆਉਣ ਦੀ ਤੁਹਾਡੀ ਤਿਆਰੀ ਸੀ, ਉਹਨੂੰ ਨਾ ਲਿਆਂਦਾ ਜਾਵੇ ਕਿਉਂਕਿ ਉਹ ਵੀ ਵੱਡਾ ਮਾਰੂ ਆ, ਮਾਰੂ ਹੋਣ ਵਾਲਾ ਕਿਸਾਨਾਂ ਵਾਸਤੇ। ਜੇਕਰ ਉਹ ਵੀ ਆ ਗਿਆ ਤਾਂ ਕਿਸਾਨਾਂ ਨੂੰ ਜਿਹੜੀ ਪੰਜਾਬ ਦੇ ਵਿੱਚ ਸਬਸਿਡੀ ਮਿਲਦੀ ਹੈ, ਬਿਜਲੀ ਟਿਊਬਵੈੱਲਾਂ 'ਤੇ ਜਿਹੜੀਆਂ ਬਿਜਲੀ ਮੋਟਰਾਂ ਕਿਸਾਨਾਂ ਦੇ ਖੇਤਾਂ ਵਿੱਚ ਲੱਗੀਆਂ ਹੋਈਆਂ, ਉਹ 'ਤੇ ਸਬਸਿਡੀ ਮਿਲਦੀ ਹੈ, ਕਿਸਾਨਾਂ ਨੂੰ ਮੀਟਰ ਦਾ ਬਿੱਲ ਪੇ ਨਹੀਂ ਕਰਨਾ ਪੈ ਰਿਹਾ, ਉਹ ਸਬਸਿਡੀ ਦੇ ਰੂਪ ਵਿੱਚ ਸਰਕਾਰ ਦਿੰਦੀ ਆ। ਛੋਟਾ ਕਿਸਾਨ ਉਹਦੇ ਨਾਲ ਹੋਰ ਮਾਰਿਆ ਜਾਊਗਾ, ਕਿਉਂਕਿ ਜੇ ਪੰਜ ਸੱਤ ਵਾਰਡ ਦੀ ਆਪਾਂ ਕਿਲੋ ਵਾਰਡ ਦਾ ਉੱਥੇ ਉਹਦਾ ਮੋਟਰ ਲੱਗੀ ਹੋਈ ਆ, ਤਾਂ ਉਹਨੂੰ ਘੱਟੋ ਘੱਟ 3500 ਰੁਪਇਆ ਦੇਣਾ ਪਊਗਾ, ਕਿਉਂਕਿ ਖਜ਼ਾਨਾ ਮੰਤਰੀ ਪੰਜਾਬ ਦੇ ਵੀ ਕਿਹੜੇ ਘੱਟ ਨੇ, ਪੰਜਾਬ ਸਰਕਾਰ ਵੀ ਤਾਂ ਕਿਸਾਨਾਂ ਨਾਲ ਉਹੀ ਗੱਲ ਕਰਨ ਲੱਗੀ ਆ। ਪੰਜਾਬ ਦੇ ਖਜ਼ਾਨਾ ਮੰਤਰੀ ਖੁਦ ਕਈ ਵਾਰ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇੱਧਰ ਉੱਧਰ ਕਹਿੰਦੇ ਰਹੇ ਨੇ ਕਿ ਪੰਜਾਬ ਦੇ ਜਿਹੜਾ ਹੈਗਾ ਭਾਰੂ ਪੈ ਰਿਹਾ ਕਿਸਾਨਾਂ 'ਤੇ, ਕਿਸਾਨਾਂ ਦਾ ਮਾਮਲਾ ਅਤੇ ਇਸ ਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਬਿਜਲੀ ਬਿੱਲ ਲਗਾਵਾਂਗੇ, ਕਿਸਾਨਾਂ ਦੇ ਖਾਤੇ ਵਿੱਚ ਪੈਸੇ ਪਾਵਾਂਗੇ, ਉਹ ਇਨਡਾਇਰੈਕਟ ਅਸੀਂ ਉਹਨੂੰ ਸਬਸਿਡੀ ਲਵਾਂਗੇ। ਹਾਲਾਂਕਿ ਮਾਰਨਾ ਕੰਨ ਫੜਨਾ ਕਿਸਾਨਾਂ ਦਾ ਹੀ ਹੈ, ਸਿੱਧਾ ਫੜਨ ਪੁੱਠਾ ਫੜਨ ਮਾਰਨਾ ਕਿਸਾਨਾਂ ਨੂੰ ਹੀ ਆ। ਦੋਵੇਂ ਸਰਕਾਰਾਂ ਦੀ ਨੀਤੀ ਹੋ ਚੁੱਕੀ ਆ, ਕਿਸਾਨ ਮਾਰੂ ਹੋ ਚੁੱਕੀ ਆ। ਜਦੋਂ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਆ, ਵੱਡੇ ਵੱਡੇ ਐਲਾਨ ਹੋ ਜਾਂਦੇ ਨੇ, ਇਹਨੂੰ ਸਬਸਿਡੀ ਦੇ ਤੀ, ਇੰਨਾ ਇਹਨਾਂ ਨੂੰ ਰਾਹਤ ਪੈਕੇਜ ਦੇ ਤਾ, ਉਹ ਰਾਹਤ ਪੈਕੇਜ ਕੀਤੇ ਜਾਂਦਾ, ਕਿਸੇ ਨੂੰ ਕੁਛ ਨੀ ਪਤਾ ਗਾ। ਕਿਸਾਨ ਹਮੇਸ਼ਾ ਹੀ ਜਿਹੜੇ ਇਹਦੇ ਮਾਰ ਚੱਲਦੇ ਨੇ, ਛੋਟੇ ਕਿਸਾਨਾਂ ਨੂੰ ਹਮੇਸ਼ਾ ਮਾਰ। ਜਿਹੜਾ ਅੱਜ ਪੰਜਾਬ ਦੇ ਵਿੱਚ 5 ਤੋਂ 7 ਏਕੜ ਵਾਲਾ ਕਿਸਾਨ ਹੈਗਾ, ਉਹਦੀ ਦਸ਼ਾ ਕੀ ਆ ਉਹ ਸਭ ਜਾਣਦੇ ਨੇ ਕਿ ਕਿਸਾਨ ਅੱਜ ਸੁਸਾਈਡ ਕਰ ਰਿਹਾ। ਪੰਜਾਬ ਦੇ ਵਿੱਚ ਸੁਸਾਈਡ ਰੇਟ ਉਹ ਵੱਧ ਚੁੱਕੇ ਨੇ, ਪੰਜਾਬ ਦਾ ਜਿਹੜਾ ਪੇਂਡੂ ਤਬਕਾ ਉਸਦੇ ਪੱਲੇ ਕੀ ਪੈ ਰਿਹਾ, ਕਿੰਨੀ ਕੁ ਫਸਲ ਨਿਕਲਦੀ ਆ, ਉੱਤੋਂ ਜਿਹੜੀ ਮਹਿੰਗਾਈ ਹੈਗੀਆਂ, ਤੁਸੀਂ ਪਿਛਲੇ ਖਾਦ ਦੇ ਰੇਟ ਵੱਧ ਗਏ ਨੇ, ਜਿਹੜੀਆਂ ਉੱਤੇ ਸਪਰੇਆਂ ਹੁੰਦੀਆਂ ਉਹਦਾ ਰੇਟ ਵੱਧ ਗਿਆ, MSP ਤੁਸੀਂ ਵਾਪਸ ਲੈ ਰਹੇ ਹੋ। ਪੰਜਾਬ ਦੇ ਵਿੱਚ ਝੋਨਾ ਜਿਹੜੀ ਹੈਗੀ ਚਾਵਲ ਅਤੇ ਕਣਕ ਤੋਂ ਬਿਨਾਂ ਤੁਸੀਂ ਜਿਹੜੀ ਮੱਕੀ ਦੀ MSP ਤੇ ਉਹ ਤਾਂ ਵਿਕ ਨਹੀਂ ਰਹੀ, ਕਪਾਹ ਉਹਦੀ ਅੱਜ ਕਿਸਾਨ ਦੀ ਰੁਲ ਰਹੀ ਹੈ ਮੰਡੀਆਂ, ਤੁਸੀਂ 3500-3700-2500 ਕੋਈ ਰੇਟ ਰੱਖਿਆ ਗਾ, ਕਿਸਾਨ 2400 ਤੇ ਵੇਚਣ ਲਈ ਮਜਬੂਰ ਆ, ਵਪਾਰੀ ਆ ਕੇ ਰੇਟ ਲਾ ਰਹੇ ਨੇ, ਇਹ ਸਾਰੀਆਂ ਗੱਲਾਂ ਕਿਸਾਨ ਦੇ ਉਲਟਾ। ਕੋਈ ਵੀ ਸਰਕਾਰ ਕਹਿੰਦੀ ਹੈ ਕਿ ਅਸੀਂ ਜੇ ਘੱਟ MSP ਤੋਂ ਖਰੀਦੀ ਗਈ ਤਾਂ ਅਸੀਂ ਸਜ਼ਾ ਕਰਾਂਗੇ, ਉਸਨੂੰ ਜੁਰਮਾਨਾ ਹੋਵੇਗਾ, ਤਾਂ ਤੁਸੀਂ ਮਾਲਵੇ ਦੀਆਂ ਮੰਡੀਆਂ 'ਚ ਚਲੇ ਜਾਓ, ਕਿਉਂਕਿ ਮਾਲਵਾ ਬੈਲਟ ਸਭ ਤੋਂ ਵੱਡੀ ਹੈਗੀ ਹੈ, ਕਪਾਹ ਦੀ ਬੈਲਟ ਮੰਨੀ ਜਾਂਦੀ ਆ। ਅੱਜ ਕੀ ਹੋ ਰਿਹਾ ਕਿਸਾਨਾਂ ਦਾ ਹਾਲ, ਕਿਸਾਨ ਚੀਕ ਚੀਕ ਕੇ ਕਹਿ ਰਹੇ ਨੇ ਕਿ ਸਾਡੀ ਲੁੱਟ ਹੋ ਰਹੀ ਆ, ਕਿੱਥੇ ਪੰਜਾਬ ਸਰਕਾਰ, ਕਿੱਥੇ ਨੇ ਅਧਿਕਾਰੀ ਜਿਨ੍ਹਾਂ ਨੇ ਸਜ਼ਾ ਦਾ ਪ੍ਰਬੰਧ ਕਰਨਾ, ਕੁਛ ਨਹੀਂ ਹੋ ਰਿਹਾ, ਹਨੇਰ ਕਰਦੀ ਹੈਗੀ ਕਿਸਾਨਾਂ ਦੇ ਨਾਲ। 26-27 ਦਾ ਮਾਰਚ ਜ਼ਰੂਰ ਨਿਰਣਾਇਕ ਮੋੜ ਵੱਲ ਹੋਵੇਗਾ। ਬਿਲਕੁਲ, ਇਹ ਤਮਾਮ ਖਬਰਾਂ ਸੀਗੀਆਂ ਅੱਜ ਦੀ ਕਿ ਕਿਸਾਨ ਜਥੇਬੰਦੀਆਂ ਦਾ ਅਗਲਾ ਰੁਕ ਕੀ ਹੋ ਗਏਗਾ, ਅਗਲੀ ਮੀਟਿੰਗ ਦੇ ਵਿੱਚ ਉਹਨਾਂ ਦਾ ਜਿਹੜਾ ਅਸੀਂ ਉਡੀਕ ਕਰ ਰਹੇ ਸੀਗੇ ਕਿ ਫੈਸਲਾ ਕੀ ਹੋਵੇਗਾ, ਕਿਉਂਕਿ ਪਿਛਲੀ ਮੀਟਿੰਗ ਜਿਹੜੀ ਉਹਨਾਂ ਦੀ ਦਿੱਲੀ ਗਏ ਸੀਗੇ, ਉੱਥੇ ਮੀਟਿੰਗ ਕੀਤੀ ਉਹਨਾਂ ਨੇ ਕੇਂਦਰ ਦੇ ਨਾਲ, ਅਤੇ ਉਹਨਾਂ ਦੇ ਫੈਸਲੇ ਦੀ ਅਜੇ ਉਡੀਕ ਕਰ ਰਹੇ ਸੀਗੇ, ਕਿਉਂਕਿ ਉਹਨਾਂ ਦਾ ਫੈਸਲਾ ਜਿਹੜਾ ਆਉਣਾ ਬਾਕੀ ਸੀਗਾ, ਉਸ ਤੋਂ ਪਹਿਲੇ ਉਹਨਾਂ ਨੇ ਮੀਟਿੰਗ ਕੀਤੀ ਹੈ। ਇਸ ਮੀਟਿੰਗ ਤੋਂ ਬਾਅਦ ਹੁਣ ਜਿਹੜੀ 4 ਵਜੇ ਤੱਕ ਉਹਨਾਂ ਦੀ ਕਾਨਫਰੰਸ ਹੋਏਗੀ, ਪ੍ਰੈਸ ਕਾਨਫਰੰਸ ਉਹ ਕਰਨਗੇ, ਅਤੇ ਆਪਣੀ ਤਮਾਮ ਜਾਣਕਾਰੀ ਦੇਣਗੇ ਕਿ ਕੀ ਜਿਹੜੇ ਫੈਸਲੇ ਉਹਨਾਂ ਦੇ ਵੱਲੋਂ ਲਏ ਗਏ ਨੇ, ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਹੜੇ ਜਿਹੜੇ ਮੋੜ ਹੈਗਾ ਹੁਣ ਦੇਖਣ ਨੂੰ ਮਿਲੇਗਾ, ਕਿਹੜਾ ਰੁੱਖ ਜਿਹੜਾ ਉਹ ਅਪਣਾਉਂਦੇ ਨੇ। ਇਸੇ ਤਰ੍ਹਾਂ ਦੀਆਂ ਤਮਾਮ ਖਬਰਾਂ ਦੇ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ।